ਸਾਬਕਾ ਮੁੱਖ ਮੰਤਰੀ ਦਾ ਕਾਂਗਰਸ ਸਰਕਾਰ ਤੇ ਨਿਸ਼ਾਨਾ। SIT ਰਾਹੀਂ ਸਾਨੂੰ ਗ੍ਰਿਫਤਾਰ ਕਰਾਉਣਾ ਚਾਹੁੰਦੀ ਹੈ ਸਰਕਾਰ। ਇਹ ਕਿਹਾ ਉਹਨਾਂ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਤੇ ਜੱਜ ਤੋਂ ਕਰਵਾਈ ਜਾਵੇ। SIT ਦਾ ਮਕਸਦ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ। ਇਹ ਇਲਜ਼ਾਮ ਲਗਾਏ ਉਹਨਾਂ ਨੇ ਸੂਬੇ 'ਚ ਵਾਪਰੀ ਘਟਨਾ ਲਈ CM ਦੋਸ਼ੀ ਨਹੀਂ। ਇਹ ਕਿਹਾ ਪ੍ਰਕਾਸ਼ ਸਿੰਘ ਬਾਦਲ ਨੇ। ਇਹਨਾਂ ਨੇ ਬਣਾਈ ਅਮਰਿੰਦਰ ਸਿੰਘ ਨੇ, ਉਹਨਾਂ ਦਾ ਇੱਕੋ ਇੱਕ ਮਤਲਬ ਹੈ ਸਾਰਾ ਸੀਗਾ ਕਿ ਬਾਦਲ ਪਰਿਵਾਰ ਨੂੰ ਕਿਵੇਂ ਨਾ ਕਿਵੇਂ ਅੰਦਰ ਦੇਣਾ, ਔਰ ਇਹ ਇਲੈਕਸ਼ਨਾਂ 'ਚ ਤੋਂ ਵੀ ਪਹਿਲਾਂ ਇਹ ਕਹਿੰਦੇ ਰਹੇ ਨੇ, ਇਲੈਕਸ਼ਨਾਂ ਦੇ ਦੌਰਾਨ 'ਚ ਵੀ ਰਹਿੰਦੇ ਰਹੇ ਹੈ, ਕਮਿਸ਼ਨ ਬਣਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਬਣਾ ਕਿਹਾ, SIT ਬਣਾਉਣ ਤੋਂ ਪਹਿਲਾਂ ਕਿਹਾ। ਜਦੋਂ ਸੂਬੇ ਦਾ ਚੀਫ ਮਿਨਿਸਟਰ ਅਤੇ ਉਹਦੇ ਮਿਨਿਸਟਰ ਅਤੇ ਪਾਰਟੀ ਪ੍ਰੈਜੀਡੈਂਟ ਇਹੋ ਜਿਹੀਆਂ ਗੱਲਾਂ ਕਰਨ ਤਾਂ ਫਿਰ ਅਫਸਰ ਇਨਸਾਫ ਕਿਵੇਂ ਕਰ ਸਕਦੇ? ਕੋਈ ਜਾਂਚ ਇਹਦੇ 'ਤੇ ਕਾਕਾ, ਜੇ ਜਾਂਚ ਕਰਨੀ ਹੋਵੇ ਸੁਪਰੀਮ ਕੋਰਟ ਨੂੰ ਆਖਣ ਨੂੰ ਕਿ ਜੱਜ ਮੁਕਰਰ, ਨਹੀਂ ਉਹਦਾ ਮਤਲਬ ਸਮਝ ਲਓ ਮੇਰੇ 'ਤੇ। ਦੇਖੋ ਗੱਲ ਇਹ ਹੈ, ਜੇ ਜਾਂਚ ਅਜੇ ਹੋਈ ਨਹੀਂ, SIT ਬਣੀ ਹੈ, ਜੇ ਚੀਫ ਮਿਨਿਸਟਰ ਕੋਈ ਗੱਲ ਆਉਂਦਾ ਹੈ ਤਾਂ ਅਫਸਰ ਫਿਰ ਇਨਸਾਫ ਕਿਵੇਂ ਕਰਨਗੇ?